ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਚਾਹੇਤਿਆਂ ਨੂੰ ਨਵੀਆਂ ਗੱਡੀਆਂ ਦਿੱਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ ਉਹਨਾਂ ਕਿਹਾ ਕਿ ਜਦੋਂ ਪਹਿਲਾ ਹੀ ਸੂਬਾ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਏ ਤਾਂ ਕਰੋੜਾਂ ਰੁਪਏ ਦੀਆਂ ਗੱਡੀਆਂ ਦੇਣ ਦਾ ਕੀ ਮਤਲਬ ਹੈ ਜਿਹੜਾ ਆਰਥਿਕ ਤੌਰ ਤੇ ਬੜਾ ਕਮਜ਼ੋਰ ਹੈ ਗਾਰਥਿਕ ਸਥਿਤੀ ਅਨਕੂਲ ਨੇ ਕਿ ਅਸੀਂ ਨਵੀਆਂ ਗੱਡੀਆਂ ਦੇ ਉੱਤੇ ਕਰੋੜਾਂ ਰੁਪਇਆ ਖਰਚ ਕਰੀਏ ਦੂਸਰੇ ਪਾਸੇ ਲੋਕਾਂ ਨੂੰ ਤਿੰਨ ਟਾਈਮ ਦੀ ਰੋਟੀ ਦੇ ਲਾਲੇ ਪੈ ਰਹੇ ਆ ਅੰਨਾ ਵੰਡੇ ਰੋੜੀਆਂ ਮੁੜ ਮੁੜ ਕਰਦਿਆਂ ਨੂੰ ਸੋ ਪੰਜਾਬ ਸਰਕਾਰ ਨੇ ਬੇਫਯੂਲ ਖਰਚਾ ਕੀਤਾ ਪੁਰਾਣੀਆਂ ਗੱਡੀਆਂ ਚਾਹੇ ਉਹ ਲੱਖ ਚੱਲੀ 2 ਲੱਖ ਚੱਲੀ ਆ 3 ਲੱਖ ਚੱਲੀ ਆ ਉਹ ਚੱਲਣ ਯੋਗ ਹਾਲਤ ਦੇ ਵਿੱਚ ਆ ਮੇਰੇ ਕੋਲੇ ਖੁੱਦ ਜਿਹੜੀ ਜਿਪਸੀ ਆ ਸਰਕਾਰੀ ਮੇਰਾ ਖਿਆਲ ਉਹ 5 ਲੱਖ ਪਲੱਸ ਚੱਲੀ ਹੋਈ ਆ ਪਰ ਮੇਰਾ ਨਹੀਂ ਖਿਆਲ ਕਿ ਕਦੇ ਉਹ ਜੀ ਕੋਈ ਦਿੱਕਤ ਸਮੱਸਿਆ ਆਈ ਹੋਵੇ ਸੋ ਇਹ ਮਹਾਮਾਰੀ ਦੇ ਸਮੇਂ ਦੇ ਉੱਤੇ ਲਾਕਡਾਊਨ ਦੇ ਸਮੇਂ ਤੇ ਜਦੋਂ ਆਰਥਿਕਤਾ ਬੜੀ ਨੀਵੇਂ ਪਾਸੇ ਵੱਲ ਜਾ ਰਹੀ ਹੈ ਤੇ ਸਰਕਾਰ ਕਰੋੜਾਂ ਰੁਪਇਆ ਆਪਣੇ ਚਿਹਤਿਆਂ ਨੂੰ ਖੁਸ਼ ਕਰਨ ਵਾਸਤੇ ਗੱਡੀਆਂ ਤੇ ਲਾ ਰਹੀ ਹੈ ਬੜੀ ਨਿੰਦਾਜਨਕ ਸਥਿਤੀ ਨਿੰਦਾਜਨਕ ਗੱਲ ਜਿਹੜੀ ਉਹ ਸਰਕਾਰ ਨੇ ਕੀਤੀ ਇਸ ਦੌਰਾਨ ਬੈਂਸ ਵੱਲੋ ਐਸਟੀਪੀਸੀ ਦਾ ਲੰਗਰ ਦੀ ਰਸਦ ਲਈ ਵੇਰਕਾਂ ਨੂੰ ਛੱਡ ਪੂਨੇ ਦੀ ਕਿਸੇ ਹੋਰ ਕੰਪਨੀ ਨਾਲ ਕਰਾਰ ਕੀਤੇ ਜਾਂਦੀ ਵੀ ਉਨਾ ਨਿੰਦੇ ਆ ਕੀ ਤੀ ਅਤੇ ਕਿਹਾ ਕਿ ਵੇਰਕਾ ਰਾਹੀ ਪੰਜਾਬ ਦੇ ਹਜ਼ਾਰਾਂ ਕਿਸਾਨ ਕੋਆਪਰੇਟਿਵ ਸੁਸਾਇਟੀਆਂ ਦੇ ਨਾਲ ਜੁੜੇ ਹੋਏ ਨੇ ਵੇਰਕਾ ਕਿਸਾਨਾਂ ਤੋਂ ਸਮਾਨ ਖਰੀਦਾ ਹੈ ਤੇ ਅਜਿਹੇ ਵਿੱਚ ਐਸਜੀਪੀਸੀ ਨੂੰ ਉਹਨਾਂ ਕਿਸਾਨਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਸੀ ਆਪ ਦਾ ਕਿਸਾਨ ਜਿਹੜਾ ਸਹਾਇਕ ਧੰਦੇ ਵਜੋਂ ਡੈਰੀ ਚਲਾਉਂਦਾ ਉਹ ਕੋਆਪਰੇਟਿਵ ਦੇ ਜਰੀਏ 베ਰਕਾ ਮਿਲਕ ਫਾਰਮ ਨੂੰ ਆਪਣਾ ਦੁੱਧ ਵੇਚਦਾ ਸੋ ਮੈਂ ਇਸ ਕਰਕੇ ਕੱਲ ਤੱਕ ਸਭ ਦੇ ਜਹਿਦਾਰ ਨੂੰ ਬੇਨਤੀ ਕੀਤੀ ਵੀ ਤੁਸੀਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਹੁਕਮ ਕਰੋ ਪੰਜਾਬ ਦੇ ਅੰਦਰ 90% ਤੋਂ ਵੱਧ ਸਿੱਖ ਜਿਹੜੇ ਡੈਰੀ ਫਾਰਮਰ ਬਣੇ ਹੋਏ ਆ ਕਿਸਾਨੀ ਦੇ ਨਾਲ ਨਾਲ ਸਾਹਿਬ ਧੰਦਾ ਡੈਰੀ ਫਾਰਮਿੰਗ ਦਾ ਕਰਦੇ ਆ ਇਹ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰੋ ਕਿ ਜਿਹੜਾ ਪੂਨੇ ਦੀ ਕੰਪਨੀ ਦੇ ਨਾਲ ਉਹਨਾਂ ਨੇ ਟਾਈ ਅਪ ਕੀਤਾ ਉਹ ਤੁਰੰਤ ਰੱਦ ਕਰਕੇ ਬੇਰਕਾ ਦੇ ਉਤਪਾਦ ਚਾਹੇ ਉਹ ਦੇਸੀ ਕਿਉ ਹੈਗਾ ਚਾਹੇ ਉਹ ਦੁੱਧ ਹੈਗਾ ਚਾਹੇ ਕੋਈ ਦੂਸਰੀ ਚੀਜ਼ ਹੈ ਉਹ ਬੇਰਕਾ ਮਿਲਕ ਫੈਟ ਦੀ ਹੀ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਪਰਚੇਸ ਕਰੇ ਤਾ ਤੁਹਾਡੇ ਵੱਲੋਂ ਇਸ ਮੌਕੇ ਰੈਫਰੈਂਡਮ ਦੇ ਮੁੱਦੇ ਤੇ ਇੱਕ ਵਾਰ ਫੇਰ ਆਪਣੀ ਸਫਾਈ ਦਿੰਦੇ ਹਾਂ ਕਿ ਉਹ ਇਸ ਦੀ ਹਮਾਇਤ ਨਹੀਂ ਕਰਦੇ ਅਤੇ ਪਹਿਲਾਂ ਇਸ ਬਾਰੇ ਦਿੱਤੇ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਏ ਰੈਫਰੈਂਸ ਰੈਫਰੈਂਡਮ 2020 ਦੇ ਉੱਤੇ ਬਹੁਤ ਵੱਡੀ ਚਰਚਾ ਬਹੁਤ ਸਾਰੇ ਚੈਨਲਾਂ ਨੇ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਮੈਂ ਮਦਈ ਇਸ ਗੱਲ ਦਾ ਰਿਹਾ ਵੀ ਹਰ ਗੱਲ ਦਾ ਹੱਲ ਜਿਹੜਾ ਟੇਬਲ ਦੇ ਉੱਤੇ ਬੈਠ ਕੇ ਉਹ ਲੋਕ ਜਿਹੜੇ ਰੈਫਰੰਡਮ 2020 ਲਈ ਤੁਰੇ ਉਹਨਾਂ ਨੂੰ ਇਸ ਪਾਸੇ ਜਾਣ ਦੀ ਜ਼ਰੂਰਤ ਕਿਉਂ ਪਈ ਉਹਨਾਂ ਦੀਆਂ ਭਾਵਨਾਵਾਂ ਕੀ ਹੈ ਉਹਨਾਂ ਨੂੰ ਟੇਬਲ ਤੇ ਬੈਠ ਕੇ ਕੇਂਦਰ ਤੇ ਸੂਬਾ ਸਰਕਾਰ ਸੁਣੇ ਜੇ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਨਾਰਾਜ਼ ਹੋ ਜਾਵੇ ਉਹਨੂੰ ਘਰੋਂ ਨਹੀਂ ਕੱਢਿਆ ਜਾਂਦਾ ਇਹ ਬਲੈਕਲਿਸਟ ਕੋਈ ਹੱਲ ਨਹੀਂ ਹੈਗਾ ਬਹੁਤ ਸਾਰੇ ਚੈਲਨਾ ਨੇ ਇਸ ਗੱਲ ਦਾ ਵਿਰੋਧ ਕੀਤਾ ਮੈਂ ਫਿਰ ਕਹੂੰਗਾ ਕਿ ਅਸੀਂ ਰੈਫਰੰਡਮ 2020 ਦੇ ਹਾਮੀ ਨਹੀਂ ਲੋਕਨ ਸਾਫ ਪਾਰਟੀ ਵਰ ਖਿਲਾਫ ਆ ਭਾਰਤ ਦੇ ਅੰਦਰ ਸੰਘੀ ਢਾਂਚੇ ਦੀ ਮਦਈ ਲੋਕ ਇਨਸਾਫ ਪਾਰਟੀ ਆ ਫੈਡਰਲਿਜ਼ਮ ਦੀ ਮਜ਼ਬੂਤੀ ਦੇ ਵਾਸਤੇ ਲੋਕ ਇਨਸਾਫ ਪਾਰਟੀ ਜਿੱਲਾਂ ਕੱਟਦੀ ਹੈ ਪਰ ਰੈਫਰੈਂਡਮ 2020 ਦੇ ਨਾਂ ਦੇ ਉੱਤੇ ਦੇਖ ਸੂਰ ਨੌਜਵਾਨਾਂ ਨੂੰ ਫੜਫੜ ਤੁਸੀਂ ਥਾਣਿਆਂ ਦੇ ਵਿੱਚ ਜਲੀਲ ਕਰੋ ਤੁਸੀਂ ਸੀਆਈਏ ਸਟਾਫ ਨੂੰ ਜਾ ਕੇ ਬੰਦ ਕਰੋ ਤੇ ਐਸਐਚਓ ਚੌਂਕੀ ਇਨਚਾਰਜ ਆਪਣੀਆਂ ਪੁਲਿਸ ਅਫਸਰ ਆਪਣੀਆਂ ਜੇਬਾਂ ਭਰਦੇ ਹੋਏ ਰਿਸ਼ਵਤਾਂ ਲੈ ਕੇ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਦਿਨ ਜਲੀਲ ਕਰਨ ਤੋਂ ਬਾਅਦ ਉਹਨਾਂ ਦੇ ਮਾਪੇ-ਬਾਪ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਰਿਹਾ ਕਰਦੇ ਹੋਣ ਮੈਂ ਇਸ ਕਰਕੇ ਮਾਨਯੋਗ ਡੀਜੀਪੀ ਸਾਹਿਬ ਨੂੰ ਇੱਕ ਕੰਪਲੇਂਟ ਭੇਜੀ ਹੈ ਕਿ ਇਹ ਤੁਰੰਤ ਰੋਕਿਆ ਜਾਵੇ ਜਿਹੜਾ ਬੇਕਸੂਰ ਨੌਜਵਾਨਾਂ ਦੀ ਰੈਫਰੈਂਡਮ 2020 ਦੇ ਨਾਮ ਦੇ ਉੱਤੇ ਖੱਜਲ ਖਵਾਰੀ ਤੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਇਹ ਸਬੰਧਤ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਲੁਧਿਆਣਾ ਤੋਂ ਮੁਖਤਿਆਰ ਸਿੰਘ ਅਰਨੀਚਾ ਵਾਈਸ ਆਫ ਪੰਜਾਬ